ਮਾਰਨਿੰਗ ਪ੍ਰਾਈਮ ਦੇ ਰਵਨੀਤ ਸ਼ੁਰੂਆਤ ਕਰਾਂਗੇ। ਸਭ ਤੋਂ ਵੱਡੀਆਂ ਚੀਜ਼ਾਂ ਰਹਿਣਗੀਆਂ ਕਿ ਇਲੈਕਸ਼ਨ ਨੂੰ ਲੈ ਕੇ ਕਾਊਂਟ ਡਾਊਨ ਸ਼ੁਰੂ ਹੋ ਚੁੱਕਿਆ। ਮਹਿਜ਼ 60 ਦਿਨ ਵੀ ਨਹੀਂ ਨੇ ਤਾਂ 58 ਦਿਨ ਬਾਕੀ ਨੇ। ਕਾਊਂਟ ਡਾਊਨ ਦੇ ਦਰਮਿਆਨ ਪੰਜਾਬ ਦਾ ਸਿਆਸੀ ਧਰਾਤਲ ਕੀ ਕੁਛ ਕਹਿ ਰਿਹਾ, ਚਰਚਾ ਇਸ ਵਿਸ਼ੇ 'ਤੇ ਹੋਏਗੀ। ਨਾਲ ਦੱਸਾਂਗੇ ਕਿ 2 ਹੋਟ ਸੀਟਸ ਕਿਹੜੀਆਂ ਰਹਿਣਗੀਆਂ। ਜਿਸ ਤਰੀਕੇ ਨਾਲ ਕੱਲ੍ਹ ਅੰਮ੍ਰਿਤਸਰ 'ਤੇ ਚਰਚਾ ਕੀਤੀ ਸੀ, ਅੱਜ ਸੰਗਰੂਰ ਅਤੇ ਫਰੀਦਕੋਟ 'ਤੇ ਵੀ ਅਸੀਂ ਚਾਨਣ ਪਾਉਣ ਦੀ ਕੋਸ਼ਿਸ਼ ਕਰਾਂਗੇ ਕਿ ਕੁਝ ਪੋਲੀਟੀਕਲ ਸਿਨੈਰੀਓ ਆਉਣਗੇ। ਪ੍ਰੋਫੈਸਰ ਡਾਕਟਰ ਕੁਲਦੀਪ ਜੀ ਸਟੂਡੀਓ ਆਏ ਨੇ, ਸਿਆਸੀ ਮਾਹਰ ਨੇ, ਪ੍ਰੋਫੈਸਰ ਰਹੇ ਹੈ, ਵੱਡਾ ਤਜਰਬਾ ਇਸ ਮਸਲੇ 'ਤੇ। ਪ੍ਰੋਫੈਸਰ ਸਾਹਿਬ ਸਵਾਗਤ ਹੈ ਤੁਹਾਡਾ। ਮਿਹਰਬਾਨੀ ਖੁਸ਼ੀ ਜੀ, ਸ਼ੁਕਰੀਆ। ਡਾਕਟਰ ਸਾਹਿਬ ਕਿਵੇਂ ਦੇਖ ਰਹੇ ਹੋ ਪੰਜਾਬ ਦੀ ਇਲੈਕਸ਼ਨ? ਇੰਝ ਕਿਉਂ ਲੱਗਦਾ ਕਿ ਬੜੀ ਡਿਲੇ ਜੀ ਹੁੰਦੀ ਜਾ ਰਹੀ ਹੈ? ਗਰਮੀ ਦੇ ਸੀਜ਼ਨ 'ਚ ਜੂਨ ਮਹੀਨਾ ਬਹੁਤ ਕੁਛ ਇੰਪੋਰਟੈਂਟ ਰੱਖਦਾ। ਇਹ ਤਰੀਕਾਂ ਜਿਹੜੀਆਂ ਬੜੀਆਂ ਸੋਚ ਸਮਝ ਕੇ ਤੈਅ ਕੀਤੀਆਂ ਹੋਣਗੀਆਂ ਡਾਕਟਰ ਸਾਹਿਬ। ਦੇਖੋ, ਤਰੀਕਾਂ ਦੇ ਪਿੱਛੇ ਕਈ ਮਕਸਦ ਦੱਸੇ ਜਾਂਦੇ ਨੇ ਕਿ ਜੀ ਸਭ ਤੋਂ ਅਖੀਰ 'ਚ ਪੰਜਾਬ ਦੀ ਇਲੈਕਸ਼ਨ ਇਸ ਕਰਕੇ ਕੀਤੀ ਗਈ ਹੈ ਕਿ ਸਾਰੇ ਮੁਲਕ ਵਿੱਚ ਜਦੋਂ ਇਲੈਕਸ਼ਨ ਹੋ ਗਈ, BJP ਦੀ ਸਾਰੀ ਲੀਡਰਸ਼ਿਪ ਪੰਜਾਬ 'ਚ ਝੋਕ ਦਿੱਤੀ ਜਾਏਗੀ। ਹਾਂਜੀ, ਗਰਮੀ ਵਾਲੀ ਗੱਲ ਵੀ ਹੁੰਦੀ ਹੈ, ਪਰੰਤੂ ਮੈਂ ਮਹਿਸੂਸ ਕਰਦਾ ਕਿ ਪੰਜਾਬ ਦੇ ਲੋਕਾਂ ਨੇ ਗਰਮੀ ਕਰਕੇ ਘਰ ਨਹੀਂ ਬੈਠਣਾ, ਵੋਟਾਂ ਪੈਣਗੀਆਂ। 4 ਕੋਣਾ ਮੁਕਾਬਲਾ ਹੈ, ਇਸ ਵਿੱਚ ਜਿਹੜੀ ਕਾਸਟਿੰਗ ਆਫ ਦਾ ਵੋਟਸ ਦੀ ਪਰਸੈਂਟੇਜ ਮੇਰੇ ਮੁਤਾਬਕ ਕਾਫੀ ਹੋਏਗੀ। ਸੋ ਇੱਦਾਂ ਦਾ ਸਿਚੁਏਸ਼ਨ ਪੰਜਾਬ 'ਚ ਨਹੀਂ ਹੋਣ ਜਾ ਰਹੀ ਕਿ ਗਰਮੀ ਕਰਕੇ, ਕਿਉਂਕਿ ਜਦੋਂ ਜਿਹੜੀ ਲੋਕਾਂ ਦੀ ਵੋਟਿੰਗ ਦੀ ਪਰਸੈਂਟੇਜ ਹੈ ਉਹ ਇਸ ਗੱਲ 'ਤੇ ਡਿਪੈਂਡ ਕਰਦੀ ਹੈ ਕਿ ਇਲੈਕਸ਼ਨ ਦੇ ਪਿੱਛੇ ਮੁੱਦੇ ਕੀ ਨੇ। ਪਹਿਲੀ ਤਾਂ ਇਹੀ ਗੱਲ ਬੜੀ ਦਿਲਚਸਪ ਹੈ ਕਿ ਪੰਜਾਬ ਵਿੱਚ ਪਹਿਲੀ ਵਾਰ ਅਸਲੀ ਮਹੀਨਿਆਂ ਵਿੱਚ, ਕਈ ਵਾਰ 4-4, 5-5 ਕੈਂਡੀਡੇਟ ਤੋਂ ਵੱਧ ਵੀ ਹੁੰਦੇ ਨੇ, ਜਦੋਂ ਮੈਂ ਕਹਿੰਦਾ ਵੀ 4 ਕੋਣਾ ਮੁਕਾਬਲਾ ਅਸਲੀ ਮਹੀਨਿਆਂ ਵਿੱਚ ਬਣਿਆ, ਉਹਦਾ ਮਤਲਬ ਇਹ ਹੈ ਕਿ ਕ੍ਰੈਡੀਬਲ 4 ਗਰੁੱਪ, 4 ਧੜੇ ਖੜੇ ਨੇ। ਇਸ ਕਰਕੇ ਅਸਲੀ ਮਹੀਨਿਆਂ ਵਿੱਚ 4 ਕੋਣਾ ਮੁਕਾਬਲਾ ਹੋਣ ਜਾ ਰਿਹਾ। ਜਦੋਂ 4 ਕੋਣਾ ਮੁਕਾਬਲਾ ਵਿੱਚ ਹਰ ਧੜਾ ਆਪਣਾ ਅੱਡੀ ਚੋਟੀ ਦਾ ਜੋੜ ਲਾਵੇ ਤਾਂ ਫਿਰ ਵੋਟ ਪਰਸੈਂਟੇਜ ਵਧਣ ਦੀ ਸੰਭਾਵਨਾ ਰਹਿੰਦੀ ਹੈ, ਇਹ ਮੇਰਾ ਤਰਕ ਹੈ। ਬਿਲਕੁਲ, ਅਤੇ ਫਰੀਦਕੋਟ ਦੀ ਗੱਲ ਕਰਾਂਗੇ, ਬਾਬਾ ਫਰੀਦ ਜੀ ਦੀ ਧਰਤੀ ਹੈ ਇਸ ਵਾਰ ਫਰੀਦਕੋਟ। ਪ੍ਰੋਫੈਸਰ ਸਾਹਿਬ, ਇੰਝ ਕਿਉਂ ਲੱਗਦਾ ਕਿ ਸਿੰਗਰਾਂ ਦਾ ਗੜ੍ਹ ਬਣ ਚੁੱਕਿਆ? ਦੇਖੋ, ਕਰਮਜੀਤ ਅਨਮੋਲ, ਭਗਵੰਤ ਮਾਨ ਦੇ ਬੜੇ ਖਾਸਮ, ਖਾਸ ਦੋਸਤ ਆ, ਉਹਨਾਂ ਨੂੰ ਟਿਕਟ ਦਿੱਤੀ ਗਈ ਅਤੇ ਨਾਲ ਹੀ ਫਰੀਦਕੋਟ ਤੋਂ ਹੰਸਰਾਜ ਹੰਸ ਵੀ ਦਿੱਲੀਓਂ ਚੱਕ ਕੇ ਪੰਜਾਬ ਭੇਜ ਦਿੱਤੇ ਗਏ ਕਿ ਹੰਸ ਜੀ ਚਲੋ ਉਡਾਰੀ ਹੁਣ ਪੰਜਾਬ ਦੀ। ਕੀ ਕੁਛ ਖਾਸ ਰਹੇਗਾ ਫਰੀਦਕੋਟ ਦੀ ਧਰਤੀ 'ਤੇ? ਦੇਖੋ ਕ੍ਰਿਸ਼ੀ ਜੀ, ਇਸ ਤਰ੍ਹਾਂ ਹੁੰਦਾ ਹੈ ਕਿ ਜਿਵੇਂ ਤੁਸੀਂ ਤਰਕ ਦੇ ਰਹੇ ਹੋ, ਤੁਹਾਡਾ ਤਰਕ ਠੀਕ ਹੈ, ਗਲਤ ਨਹੀਂ ਹੈਗਾ ਕਿ ਜੀ ਫਰੀਦਕੋਟ ਤੋਂ ਬੜੇ ਮਕਬੂਲ ਪੰਜਾਬ ਦੇ ਪੁਰਾਣੇ ਸਿੰਗਰ ਮੁਹੰਮਦ ਸਦੀਕ ਜੀ ਜਿੱਤੇ, ਇਸ ਕਰਕੇ ਆਮ ਆਦਮੀ ਪਾਰਟੀ ਨੇ ਸੋਚਿਆ ਅਸੀਂ ਅਨਮੋਲ ਨੂੰ ਖੜਾ ਕਰ ਦਈਏ ਅਤੇ ਉਹਨਾਂ ਨੂੰ ਫੋਲੋ ਕਰਦੇ ਹੋਏ BJP ਨੇ ਹੰਸਰਾਜ ਹੰਸ ਨੂੰ ਭੇਜ ਦਿੱਤਾ। ਸੋ ਇਸ ਕਰਕੇ ਜੇ ਦੇਖਿਆ ਜਾਵੇ ਮਜਬੂਰਨ ਤੌਰ 'ਤੇ ਜਿਹੜੇ ਫਰੀਦਕੋਟ ਦੇ ਵੋਟਰਸ ਨੇ ਉਹਨਾਂ ਕੋਲ 3 ਪਾਰਟੀਆਂ ਦੀ ਚੋਇਸ ਕੀ ਰਹਿ ਗਈ ਕਿ 3 ਸਿੰਗਰਸ ਨੇ, ਹੁਣ ਚੌਥਾ ਧੜਾ ਕੀ ਕਰਦਾ ਇਹ ਵੀ ਪਤਾ ਲੱਗ ਜਾਏਗਾ। ਪਰੰਤੂ ਸਿਰਫ ਇਸ ਕਰਕੇ ਵੋਟ ਨਹੀਂ ਪੈਂਦੀ ਹੁੰਦੀ ਕਿ ਕੋਈ ਸਿੰਗਰ ਹੈਗਾ, ਜਦੋਂ ਤੁਹਾਡੇ ਕੋਲ ਚੁਆਇਸ ਹੀ 3 ਸਿੰਗਰਾਂ ਦੀ ਆ, ਫਿਰ ਤਾਂ ਓਬਵੀਅਸਲੀ ਸੁਭਾਵਿਕ ਤੌਰ 'ਤੇ ਵੋਟਰਾਂ ਨੇ ਉਹਨਾਂ 'ਚੋਂ ਇੱਕ ਨੂੰ ਚੁਣਨਾ ਨਾ। ਜਿਹੜੇ ਪਿੱਛੇ ਮੁੱਦੇ ਹੁੰਦੇ ਨੇ ਆਮ ਤੌਰ 'ਤੇ ਉਹ ਰਹਿ ਜਾਂਦੇ ਨੇ, ਹੈ ਜੀ। ਸੋ ਇਸ ਕਰਕੇ ਚਾਹੇ ਦੇਖਣ ਨੂੰ 3 ਸਿੰਗਰ ਨੇ, ਚੌਥਾ ਕੌਣ ਆਉਂਦਾ ਦੇਖ ਲਵਾਂਗੇ, ਪਰੰਤੂ ਜਿਹੜੇ ਹਲਕੇ ਦੇ ਮੁੱਦੇ ਹੁੰਦੇ ਨੇ ਉਹ ਪਿੱਛੇ ਕੰਮ ਕਰਦੇ ਨੇ। ਜਿਵੇਂ ਫੋਰ ਐਗਜ਼ਾਮਪਲ ਉਦਾਹਰਣ ਦੇ ਤੌਰ 'ਤੇ ਮੈਂ ਕਹਿ ਰਿਹਾ ਬਈ BJP ਇਨ ਜਨਰਲ, ਮੈਂ ਪੰਜਾਬ 'ਚ ਗੱਲ ਕਰਦਾ, ਫਰੀਦਕੋਟ ਵਿੱਚ ਉਹ ਗੱਲ ਹੋਏਗੀ ਘੱਟ ਹੋਣੀ ਚਾਹੀਦੀ ਹੈ ਕਿਉਂਕਿ ਇਹ ਫੈਕਟਰ ਬਾਕੀ ਜਗ੍ਹਾ ਜ਼ਿਆਦਾ ਕੰਮ ਕਰਦਾ, ਕਿ ਜਿਹੜੀ ਬੂਥ ਲੈਵਲ 'ਤੇ BJP ਦੀ ਪ੍ਰੈਜੈਂਸ ਹੈ ਉਹ ਸਭ ਤੋਂ ਵੱਧ ਹੈ। ਦੂਜੇ ਨੰਬਰ 'ਤੇ ਮੇਰੇ ਮੁਤਾਬਕ ਆਮ ਆਦਮੀ ਪਾਰਟੀ ਦੀ ਹੈ ਅਤੇ ਸਭ ਤੋਂ ਘੱਟ ਪ੍ਰੈਜੈਂਸ ਬੂਥ ਲੈਵਲ 'ਤੇ ਦੂਜੇ 2 ਧੜਿਆਂ ਦੀ, ਅਕਾਲੀ ਦਲ ਦੀ ਹੈਗੀ ਹੈ। ਇਸ ਬਾਰੇ ਇਹ ਕਿਹਾ ਜਾ ਰਿਹਾ, ਜਿਹੜਾ BJP ਦਾ ਕੌਨਫੀਡੈਂਸ ਹੈ ਉਹ ਹੈ ਕਿ ਜਿਹੜੀ ਸਾਡੀ ਬੂਥ ਲੈਵਲ ਦੀ ਮੈਨੇਜਮੈਂਟ ਹੈ ਦੈਟ ਵੁੱਡ ਮੇਕ ਦਾ ਡਿਫਰੈਂਸ।
ਹੈ ਜੀ। ਸੋ ਫਰੀਦਕੋਟ ਜ਼ਿਲ੍ਹੇ ਵਿੱਚ ਉਹ ਕਿਸ ਲੈਵਲ 'ਤੇ ਫੈਕਟਰ ਕੰਮ ਕਰਦਾ, ਜਿਵੇਂ ਉਦਾਹਰਣ ਦੇ ਤੌਰ 'ਤੇ ਇਹ ਜਿਹੜੀ ਇਹ ਗੱਲਾਂ ਜੇ ਬਹੁਤੀਆਂ ਮਤਲਬ ਐਗਜ਼ਾਮਿਨ ਨਹੀਂ ਕੀਤੀਆਂ ਗਈਆਂ ਕਿ ਜਿਹੜੀ 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 ਆਊਟਵਰਡ ਮਾਈਗ੍ਰੇਸ਼ਨ ਹੋਈ ਆ ਜਿਹੜੇ ਹਲਕੇ ਵਿੱਚ, ਉਹਦੇ 'ਚ ਓਬਵੀਅਸਲੀ ਇਨਵਰਡ ਮਾਈਗ੍ਰੇਸ਼ਨ ਵੀ ਹੋਈ ਹੈ। ਜਿਹੜੀ ਆਊਟਵਰਡ ਮਾਈਗ੍ਰੇਸ਼ਨ ਹੋਈ ਹੈ ਉਹ ਪੰਜਾਬ ਦੇ ਲੋਕਾਂ ਦੀ ਹੋਈ ਹੈ, ਪੰਜਾਬੀ ਪਾਪੂਲੇਸ਼ਨ ਦੀ ਹੋਈ ਹੈ, ਸਿੱਖ ਪਾਪੂਲੇਸ਼ਨ ਦੀ ਹੋਈ ਹੈ। ਜਿਹੜੀ ਇਨਵਰਡ ਮਾਈਗ੍ਰੇਸ਼ਨ ਹੋਈ ਹੈ, ਜਿਹੜੇ ਬਾਹਰੋਂ ਲੋਕ ਆਏ ਨੇ ਉਹ ਹਿੰਦੀ ਸਪੀਕਿੰਗ ਨੇ। ਸੋ ਉਹਨਾਂ ਲੋਕਾਂ ਵਿੱਚ ਜਿਹੜੀ ਇਹ ਪ੍ਰਾਣ ਪ੍ਰਤਿਸ਼ਠਾ ਵਾਲਾ ਫੈਕਟਰ ਆ ਉਹ ਕੰਮ ਕਰੇਗਾ, ਹੈ ਜੀ। ਸੋ ਇਹ ਸਾਰੀਆਂ ਚੀਜ਼ਾਂ ਚਾਹੇ ਕਲਮਬੰਦ ਨਹੀਂ ਕੀਤੀਆਂ ਗਈਆਂ, ਪਰੰਤੂ ਮੈਨੂੰ ਬੀਇੰਗ ਰਾਜਨੀਤੀ ਸ਼ਾਸਤਰ ਦਾ ਵਿਦਿਆਰਥੀ ਹੋਣ ਦੇ ਨਾਤੇ ਇਸ ਗੱਲ ਦਾ ਅਹਿਸਾਸ ਹੈ ਕਿ ਇਹ ਚੀਜ਼ਾਂ ਕੁਛ ਲੈਵਲ 'ਤੇ ਕੰਮ ਕਰਨਗੀਆਂ। ਸੋ ਮੇਰਾ ਆਂਸਰ ਤੁਹਾਨੂੰ ਇਹ ਆ ਕਿ ਚਾਹੇ ਦੇਖਣ ਨੂੰ ਜਿਹੜੀ ਫਰੀਦਕੋਟ ਦੀ ਇਲੈਕਸ਼ਨ ਹੈ ਉਹਦੇ ਵਿੱਚ ਤਿੰਨ ਵੱਡੇ ਕਲਾਕਾਰ ਖੜ੍ਹੇ ਕਰ ਦਿੱਤੇ ਗਏ ਨੇ ਜੀ, ਅਤੇ ਇਸ ਕਰਕੇ ਸਾਨੂੰ ਇਹ ਲੱਗਦਾ ਕਿ ਸਿਰਫ ਕਲਾਕਾਰੀ ਦੇ ਆਧਾਰ 'ਤੇ ਫਰੀਦਕੋਟ ਦੇ ਲੋਕਾਂ ਨੇ ਵੋਟਾਂ ਪਾਉਣੀਆਂ ਨੇ, ਇਸ ਤਰ੍ਹਾਂ ਨਹੀਂ ਹੁੰਦਾ। ਪਰੰਤੂ ਜੇ ਚੁਆਇਸ ਹੀ ਵੋਟਰਾਂ ਕੋਲ ਕੋਈ ਹੋਰ ਨਾ ਹੋਵੇ ਫਿਰ ਦੇਖਣ ਨੂੰ ਗੱਲ ਇਹੀ ਲੱਗਦੀ ਹੈ ਕਿ ਜੀ ਕਿਸ ਇੱਕ ਕਲਾਕਾਰ ਨੂੰ ਤੁਸੀਂ ਓਪਟ ਕਰ ਲਿਆ ਜਿਹੜਾ ਉਹਨਾਂ ਨੂੰ ਜ਼ਿਆਦਾ ਮਕਬੂਲ ਲੱਗਦਾ ਹੋਵੇ। ਪਰ ਪ੍ਰੋਫੈਸਰ ਸਾਹਿਬ ਦੇਖੋ, ਰਾਸ਼ਟਰੀ ਪਾਰਟੀ ਨੇ ਵਿਚਾਲੇ ਖੇਤਰੀ ਪਾਰਟੀ ਨੇ ਵੀ ਜ਼ਿਕਰ ਕਰਨਾ ਜ਼ਰੂਰੀ ਹੈ ਕਿ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਕਿਹਨੂੰ ਤੁੰਬੀ ਚੁਕਵਾਉਣਗੇ, ਇਹ ਵੀ ਦੇਖੋ ਚਰਚਾ ਦਾ ਵਿਸ਼ਾ ਬਣਿਆ ਹੋਇਆ। ਦੇਖੋ ਜੇ ਤੁਸੀਂ ਇਕੱਲੇ ਕਲਾਕਾਰੀ ਦੀ ਗੱਲ ਕਰਨੀ ਹੋਵੇ, ਮੁਹੰਮਦ ਸਦੀਕ ਸਭ ਤੋਂ ਵੱਡੇ ਉਮਰ ਦੇ ਨੇ, ਜਿਸ ਵੇਲੇ ਮੁਹੰਮਦ ਸਦੀਕ ਮਕਬੂਲ ਰਹੇ ਨੇ ਮੇਰਾ ਉਹ ਬਚਪਨ ਸੀਗਾ, ਅਤੇ ਉਹ ਜਿਹੜੇ ਅਨਮੋਲ ਨੇ ਉਹ ਇੱਕ ਅਗਲੀ ਜਨਰੇਸ਼ਨ ਦੇ ਕਲਾਕਾਰ ਨੇ। ਸੋ ਜੇ ਉਸ ਪੱਖੋਂ ਸੋਚੀਏ, ਫਿਰ ਕਲਾਕਾਰ ਪੱਖੋਂ ਸੋਚੀਏ, ਫਿਰ ਜਿਹੜਾ ਅਨਮੋਲ ਹੈਗਾ ਉਹ ਇਹਨਾਂ ਦੋਨਾਂ ਨੂੰ ਮਾਤ ਦਿੰਦਾ। ਦੂਜੀ ਗੱਲ ਇਹ ਵੀ ਹੈਗੀ ਹੈ ਕਿ ਅਨਮੋਲ, ਕਿਉਂਕਿ ਪਿਛਲੇ ਸਮੇਂ ਵਿੱਚ ਪੰਜਾਬੀ ਫਿਲਮ ਜਿੰਨੇ ਵੀ ਸਿੰਗਰ ਰਹੇ, ਲਗਭਗ ਬਹੁਤੇ ਸਿੰਗਰ ਫਿਲਮਾਂ 'ਚ ਕੰਮ ਕਰਦੇ ਰਹੇ, ਅਨਮੋਲ ਉਸ ਕੈਟੇਗਰੀ ਦਾ ਵਿਅਕਤੀ ਹੈਗਾ। ਜਦਕਿ ਹੰਸ ਇੱਕ ਸ਼ਹਿਰੀ ਕਿਸਮ ਦੇ ਲੋਕਾਂ ਦੀ ਜਿਹੜੀ ਪਸੰਦ ਹੈਗੀ ਆ। ਸੋ ਇਸ ਕਰਕੇ ਜੇ ਇਕੱਲੀ ਕਲਾਕਾਰੀ ਦੀ ਗੱਲ ਕੀਤੀ ਜਾਵੇ ਤਾਂ ਇਹਨਾਂ ਤਿੰਨਾਂ ਵਿੱਚੋਂ ਮੇਰੇ ਮੁਤਾਬਕ ਅਨਮੋਲ ਦਾ ਬਾਕੀ ਦੋ 'ਤੇ ਐਜ ਬਣਦਾ ਹੈ ਜੀ। ਅਤੇ ਅਕਾਲੀ ਦਲ ਇਹਨਾਂ ਲਾਈਨ 'ਤੇ ਸੋਚ ਕੇ ਕੀ ਕਰਦਾ, ਦੇਖੋ ਇਹ ਵੀ ਗੱਲ ਨਹੀਂ ਹੈਗੀ। ਅਕਾਲੀ ਦਲ ਦੇ ਕੈਂਡੀਡੇਟ ਵੀ ਜਿੱਤਦੇ ਰਹੇ ਨੇ, ਆਮ ਆਦਮੀ ਪਾਰਟੀ ਦੇ ਕੈਂਡੀਡੇਟ ਵੀ ਫਰੀਦਕੋਟ ਤੋਂ ਜਿੱਤਦੇ ਰਹੇ ਨੇ। ਜਿਹੜੇ ਇਹ ਕੈਂਡੀਡੇਟ ਜਿੱਤਦੇ ਰਹੇ ਨੇ ਉਹ ਕਲਾਕਾਰ ਥੋੜ੍ਹੋ ਸੀਗੇ, ਉਹ ਤਾਂ ਇੱਕ ਕਾਲਜ ਦੇ ਲੈਕਚਰ ਸੀਗੇ, ਸਾਧੂ ਸਿੰਘ ਮੈਨੂੰ ਯਾਦ ਆ, ਪ੍ਰੋਫੈਸਰ ਸਾਧੂ ਸਿੰਘ ਹਾਂਜੀ। ਅਤੇ ਫਿਰ ਗੁਲਸ਼ਨ ਸਾਹਿਬ ਦੀ ਬੇਟੀ ਵੀ ਫਰੀਦਕੋਟ ਤੋਂ ਜਿੱਤਦੇ ਰਹੇ ਨੇ। ਸੋ ਇਹ ਨਹੀਂ ਹੈਗਾ ਕਿ ਇਹ ਸਿਰਫ ਅਤੇ ਸਿਰਫ ਕਲਾਕਾਰ ਹੀ ਉੱਥੋਂ ਜਿੱਤਦੇ ਰਹੇ ਨੇ। ਹਾਂ, ਕਲਾਕਾਰਾਂ ਦੀ ਇੱਕ ਐਡਵਾਂਟੇਜ ਹੁੰਦਾ ਕਿ ਤੁਹਾਡਾ ਨਾਂ ਇੱਕ ਵੱਡੀ ਗਿਣਤੀ ਕੋਲ ਪਹਿਲਾਂ ਹੀ ਪਹੁੰਚਿਆ ਹੁੰਦਾ, ਇਸ ਕਰਕੇ ਤੁਸੀਂ ਆਪਣੇ ਆਪ ਨੂੰ ਲੋਕਾਂ ਨਾਲ ਸੌਖੇ ਤੌਰ 'ਤੇ ਰਿਲੇਟ ਕਰ ਸਕਦੇ ਹੋ। ਬਿਲਕੁਲ। ਤਾਂ ਨਾ ਹੰਸਰਾਜ ਹੰਸ ਜਿਹੜੇ ਹੈ ਉਹ ਪੰਜਾਬ ਤੋਂ ਉਡਾਰੀ ਮਾਰ ਕੇ ਦਿੱਲੀ ਗਏ, ਦਿੱਲੀਓਂ ਉਹਨਾਂ ਨੇ ਪੰਜਾਬ ਲਈ ਬੈਕ ਗੇਅਰ ਲਾਇਆ, ਪਰ ਪੰਜਾਬ ਨੇ ਬਹੁਤ ਵੱਡੀ ਜਿਹੜੀ ਆ ਡਿਵੈਲਪਮੈਂਟ ਡਾਕਟਰ ਸਾਹਿਬ ਉਸ ਵੇਲੇ ਕੀਤੀ ਸੀ ਜਿਸ ਵੇਲੇ ਹੰਸਰਾਜ ਹੰਸ ਅਕਾਲੀ ਦਲ ਵਿੱਚ ਹੁੰਦੇ ਸੀ। ਅਕਾਲੀ ਦਲ 'ਚੋਂ ਹਾਰਦੇ ਆ ਤਾਂ ਫਿਰ ਉਹਨਾਂ ਦਾ ਗਾਣਾ ਬੜਾ ਮਕਬੂਲ ਹੋਇਆ ਕਿ ਆਵਾਜ਼ਾਂ ਮਾਰੀਆਂ ਬੁਲਾਇਆ ਕਈ ਵਾਰ ਮੈਂ, ਕਿਸੇ ਨੇ ਮੇਰੀ ਗੱਲ ਨਾ ਸੁਣੀ। ਲੱਗਦਾ ਕਿ ਫਰੀਦਕੋਟ ਇਲਾਕਾ ਕੋਈ ਬਹੁਤਾ ਵਫਾ ਕਰੇਗਾ ਜਾਂ ਕਿਹੜੇ ਫੈਕਟਰ ਰਹਿ ਸਕਦੇ ਹੈ, ਕਿਉਂਕਿ ਇਸ ਵਾਰ ਬੀਜੇਪੀ ਅਕਾਲੀ ਦਲ ਤੋਂ ਲਹਿਦਾ ਹੋ ਕੇ ਇਲੈਕਸ਼ਨ ਲੜ ਰਿਹਾ ਹੈ। ਇੱਕ ਤੋਂ ਵੱਧ ਕਾਰਨਾਂ ਕਰਕੇ ਮੈਂ ਤੁਹਾਨੂੰ ਇਹ ਕਹਾਂਗਾ ਕਿ ਮੇਰੇ ਮੁਤਾਬਕ ਹੰਸਰਾਜ ਹੰਸ ਦੀ ਬਹੁਤੀ ਦਾਲ ਉੱਥੇ ਨਹੀਂ ਗਲਣੀ। ਪਹਿਲੀ ਚੀਜ਼ ਕਿ ਜਿੱਡੇ ਵੱਡੇ ਕਲੇਮ ਬੀਜੇਪੀ ਕਰ ਰਹੀ ਆ ਉਹ ਮੈਨੂੰ ਨਜ਼ਰ ਨਹੀਂ ਆਉਂਦੇ। ਇਹ ਠੀਕ ਹੈ, ਮੈਂ ਮਹਿਸੂਸ ਕਰਦਾ ਕਿ ਪ੍ਰਾਣ ਪ੍ਰਤਿਸ਼ਠਾ ਵਾਲੀ ਸੈਰਮਨੀ ਤੋਂ ਬਾਅਦ ਇੱਕ ਖਾਸ ਵਰਗ, ਹਿੰਦੂ ਵਰਗ ਬੀਜੇਪੀ ਪ੍ਰਤੀ ਝੁਕਾਅ ਵਧਿਆ ਅਰਬਨ ਹਲਕਿਆਂ ਵਿੱਚ,
ਪਰ ਉੱਥੇ ਵੀ ਮੈਂ ਇਹ ਨਹੀਂ ਕਹਾਂਗਾ ਕਿ ਸਾਰੇ ਦੇ ਸਾਰੇ ਲੋਕ ਹੀ ਇਸ ਪਾਸੇ ਵੱਲ ਝੁੱਕ ਗਏ ਨੇ। ਉਸ ਹਲਕੇ ਵਿੱਚ ਕੋਈ ਬਹੁਤ ਵੱਡੀ ਗਿਣਤੀ ਇਸ ਕਿਸਮ ਦੇ ਲੋਕਾਂ ਦੀ ਨਹੀਂ ਹੈਗੀ, ਨੰਬਰ ਵਨ। ਨੰਬਰ ਟੂ, ਜਿਹੜਾ ਅਕਾਲੀ ਦਲ ਅਤੇ ਬੀਜੇਪੀ ਦਾ ਅਲਾਇੰਸ ਦਾ ਇਤਿਹਾਸ ਹੈ, ਉਹ 97 ਤੋਂ ਸ਼ੁਰੂ ਹੋਇਆ। 96 ਵਿੱਚ ਇਹਨਾਂ ਨੇ ਚੋਣ ਜਿਹੜੀ ਸੀ ਬੀ ਐੱਸ ਪੀ ਨਾਲ ਮਿਲ ਕੇ ਲੜੀ ਸੀ ਔਰ ਬਹੁਤ ਵਧੀਆ ਪਰਫੋਰਮ ਕੀਤਾ ਸੀ ਅਕਾਲੀ ਦਲ ਬੀ ਐੱਸ ਪੀ ਅਲਾਇੰਸ ਨੇ। ਉਦੋਂ ਬਾਅਦ ਜਦੋਂ ਕਦੇ ਵੀ 3 ਸੀਟਾਂ 'ਤੇ ਬੀ ਜੇ ਪੀ ਜਿੱਤੀ ਹੈ, ਉਸ ਹਮੇਸ਼ਾ ਹੀ ਅਕਾਲੀ ਦਲ ਬੀ ਜੇ ਪੀ ਅਲਾਇੰਸ ਨਾਲ ਜਿੱਤੀ ਹੈ। ਹੈਂਜੀ, ਉਹ ਅਲਾਇੰਸ ਤੋਂ ਬਿਨਾਂ ਕੋਈ ਵੱਡੀ ਪਰਫੋਰਮੈਂਸ ਬੀ ਜੇ ਪੀ ਨੇ ਪੰਜਾਬ 'ਚ ਦਿੱਤੀ ਹੋਵੇ, ਇਹ ਕਦੇ ਨਹੀਂ ਹੋਇਆ। ਸੋ ਫਰੀਦਕੋਟ ਵਿੱਚ ਕਿੱਦਾਂ ਹੋਣ ਜਾ ਰਿਹਾ ਮੈਨੂੰ ਨਹੀਂ ਪਤਾ। ਸੋ ਮੇਰਾ ਤਰਕ ਇਹ ਮੈਨੂੰ ਕਹਿੰਦਾ ਕਿ ਮੇਰੇ ਮੁਤਾਬਕ ਬੀ ਜੇ ਪੀ ਕੋਈ ਬਹੁਤ ਵੱਡਾ ਆਧਾਰ ਫਰੀਦਕੋਟ 'ਚ ਨਹੀਂ ਰੱਖਦੀ। ਹੰਸਰਾਜ ਹੰਸ ਐਜ਼ ਕਲਾਕਾਰ ਵੀ ਮੇਰੇ ਮੁਤਾਬਕ, ਚਾਹੇ ਉਹ ਆਪਣੀ ਕਿਸਮ ਦਾ ਵਿਲੱਖਣ ਕਿਸਮ ਦਾ ਕਲਾਕਾਰ ਹੈ, ਜਿਹੜੀ 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 ਪ੍ਰੈਜੈਂਸ ਜਿਹੜੀ ਜਿਹੜੀ ਲੋਕਾਂ ਵਿੱਚ ਪ੍ਰੈਜੈਂਸ ਦੀ ਗੱਲ ਹੈ, ਉਹ ਮੇਰੇ ਮੁਤਾਬਕ ਜਿਹੜਾ ਅਨਮੋਲ ਹੈ ਉਹਦੀ ਜ਼ਿਆਦਾ ਹੈ। ਫਿਰ ਰੂਲਿੰਗ ਜਮਾਤ 'ਚ ਜਿਹੜੀ ਹੈ ਉਹ ਟੱਕਰ ਬਾਕੀ ਸਿਆਸੀ ਜਮਾਤਾਂ ਨਾਲ ਹੋਏਗੀ, ਇਹ ਮੰਨ ਲਈਏ ਅਸੀਂ ਜਾਂ ਇੱਕ ਪਰਸੈਪਸ਼ਨ ਹੈ? ਕਿਉਂਕਿ ਡਾਕਟਰ ਸਾਹਿਬ ਦੇਖੋ, ਜੇ ਵੱਡੇ ਚਿਹਰੇ ਉਤਾਰੇ ਗਏ ਹੈ ਤਾਂ ਐਂਟੀ ਇਨਕੰਬੈਂਸੀ ਕਿੰਨਾ ਕੰਮ ਕਰੇਗੀ, ਇਹ ਵੀ ਦੇਖਣਾ ਜ਼ਰੂਰੀ ਹੋਏਗਾ ਨਾ ਫਿਰ? ਦੇਖੋ, ਐਂਟੀ ਇਨਕੰਬੈਂਸੀ ਦੇ ਦੋ ਲੈਵਲ ਨੇ, ਜਿਹੜੇ ਇਸ ਵੇਲੇ ਉੱਥੋਂ ਐਮ ਪੀ ਨੇ ਉਹ ਕਾਂਗਰਸ ਦੇ ਨੇ ਜੀ। ਹੁਣ ਤੁਸੀਂ ਇਨਕੰਬੈਂਸੀ ਕਾਂਗਰਸ ਨੂੰ ਮੰਨੋਗੇ ਕਿ ਆਮ ਆਦਮੀ ਪਾਰਟੀ? ਸੂਬੇ ਵਿੱਚ ਸਰਕਾਰ ਆਮ ਆਦਮੀ ਪਾਰਟੀ ਦੀ ਹੈ, ਜਿਹੜੇ ਫਰੀਦਕੋਟ ਤੋਂ ਸਿਟਿੰਗ ਐਮ ਪੀ ਨੇ ਉਹ ਆਪਣੇ ਕਾਂਗਰਸ ਦੇ ਨੇ। ਇਸ ਕਰਕੇ ਇੱਕ ਪੱਧਰ 'ਤੇ ਤਾਂ ਜਿਹੜੀ ਐਂਟੀ ਇਨਕੰਬੈਂਸੀ ਆ ਕਾਂਗਰਸ ਦੇ ਖਿਲਾਫ ਹੋਏਗੀ, ਦੂਜੇ ਪਰ 'ਤੇ ਜਿਹੜੀ ਐਂਟੀ ਇਨਕੰਬੈਂਸੀ ਆ ਉਹ ਆਮ ਆਦਮੀ ਪਾਰਟੀ ਦੇ ਖਿਲਾਫ ਹੋਏਗੀ। ਸੋ ਐਂਟੀ ਇਨਕੰਬੈਂਸੀ ਵਾਲਾ ਫੈਕਟਰ ਵੀ ਇੱਥੇ ਕੋਈ ਸਿੱਧੇ ਤੌਰ 'ਤੇ ਕੰਮ ਨਹੀਂ ਕਰੇਗਾ, ਕਿਉਂਕਿ ਬੇਸਿਕਲੀ ਜਦੋਂ ਤੁਸੀਂ ਐਂਟੀ ਇਨਕੰਬੈਂਸੀ ਦੀ ਗੱਲ ਕਰਨੀ ਹੁੰਦੀ ਹੈ, ਤੁਹਾਡਾ ਮੁੱਢਲਾ ਫੋਕਸ ਉਹ ਵਿਅਕਤੀ ਹੈ ਜਿਹੜਾ ਇਸ ਵੇਲੇ ਉਸ ਹਲਕੇ ਦੇ ਲੋਕਾਂ ਦੀ ਨੁਮਾਇੰਦਗੀ ਕਰਦਾ, ਉਹ ਮੁਹੰਮਦ ਸਦੀਕ ਸਾਹਿਬ ਨੇ ਜੀ। ਸੋ ਐਂਟੀ ਇਨਕੰਬੈਂਸੀ ਉੱਥੇ ਵੀ ਕੰਮ ਕਰੇਗੀ। ਬਿਲਕੁਲ ਬਿਲਕੁਲ, ਤਾਂ ਬਹੁਤ ਵੱਡੀਆਂ ਚਰਚਾਵਾਂ ਫਰੀਦਕੋਟ ਦੀ ਧਰਤੀ 'ਤੇ ਹੋ ਰਹੀਆਂ ਨੇ ਕਿ ਆਖਿਰਕਾਰ ਕੀ ਕੁਝ ਖਾਸ ਰਹੇਗਾ। ਕਿਉਂਕਿ ਰਵਨੀਤ, ਇਹ ਵੀ ਜ਼ਰੂਰੀ ਹੈ ਕਿ ਹੋਟ ਸੀਟ ਜਿਹੜੀਆਂ ਉਹ ਇਸ ਕਰਕੇ ਬਣ ਜਾਂਦੇ ਨੇ ਜਦੋਂ ਵੱਡੇ ਚਿਹਰੇ ਸਿਆਸੀ ਤੌਰ 'ਤੇ ਉਤਾਰ ਦਿੱਤੇ ਜਾਂਦੇ ਆ, ਪਰ ਅਕਾਲੀ ਦਲ ਪੱਤੇ ਕਦੋਂ ਖੋਲ੍ਹੇਗਾ ਜਾਂ ਕਾਂਗਰਸ ਮੁਹੰਮਦ ਸਦੀਕ 'ਤੇ ਹੀ ਮੁੜ ਤੋਂ ਜਿਹੜਾ ਵਿਸ਼ਵਾਸ ਕਰਨ ਜਾ ਰਹੀ ਹੈ, ਉਹਨਾਂ 'ਤੇ ਦਾਅ ਖੇਡਣ ਜਾ ਰਹੀ ਹੈ, ਵੀ ਇੰਤਜ਼ਾਰ ਅਸੀਂ ਕਰਾਂਗੇ ਕਿ ਕੁਝ ਖਾਸ ਰਹੇਗਾ। ਪਰ ਇਸ ਦੇ ਨਾਲ ਹੀ ਸਭ ਤੋਂ ਹੋਟ ਸੀਟ ਪੰਜਾਬ ਦੀ ਸੰਗਰੂਰ 'ਤੇ ਵੀ ਗੱਲ ਕਰਾਂਗੇ ਪ੍ਰੋਫੈਸਰ ਸਾਹਿਬ। ਸੰਗਰੂਰ ਉਹ ਮੰਨਿਆ ਪਰਮੰਨਿਆ ਇਲਾਕਾ ਹੈ ਕਿ ਪੂਰਾ ਪੰਜਾਬ ਇੱਕ ਪਾਸੇ ਚੱਲਦਾ ਹੈ, ਜ਼ਿਲ੍ਹਾ ਸੰਗਰੂਰ ਦੇ ਸੰਗਰੂਰੀਅਨ ਉਹ ਬਿਲਕੁਲ ਸਾਈਡਲਾਈਨ ਕੋਈ ਵੱਖਰੇ ਤਰੀਕੇ ਦਾ ਨਤੀਜਾ ਦਿੰਦੇ ਹੈ। ਤਾਂ ਸਭ ਤੋਂ ਪਹਿਲਾਂ ਮੈਂ ਚਾਹਾਂਗਾ ਕਿ ਓਵਰਆਲ ਸੰਗਰੂਰ ਨੂੰ ਕਿਵੇਂ ਦੇਖ ਰਹੇ ਹੋ? ਜਿਸ ਤਰੀਕੇ ਨਾਲ ਬਾਈ ਇਲੈਕਸ਼ਨ ਹੋਈ, ਸਿਮਰਨਜੀਤ ਸਿੰਘ ਮਾਨ ਬੜੀ ਡੈਕ ਟੂ ਨੈਕ ਫਾਈਟ ਜਿਹੜੀ ਰੂਲਿੰਗ ਜਮਾਤ ਨਾਲ ਹੋਈ ਸੀ, ਤੁਹਾਡੇ ਯਾਦ ਹੋਊਗਾ ਕਿ ਗੁਰਮੇਲ ਸਿੰਘ ਆਮ ਆਦਮੀ ਪਾਰਟੀ ਤੋਂ ਕੈਂਡੀਡੇਟ ਉਤਾਰੇ ਗਏ, ਪਰ ਸਿਮਰਨਜੀਤ ਸਿੰਘ ਮਾਨ ਮਹਿਜ਼ 5500 ਤੋਂ ਜ਼ਿਆਦਾ ਵੋਟਾਂ ਦੇ ਮਾਰਜਨ ਨਾਲ ਜਿੱਤੇ। ਪ੍ਰੋਫੈਸਰ ਸਾਹਿਬ, ਓਵਰਆਲ ਪਹਿਲਾਂ ਕਮੈਂਟ ਕਰੋ। ਦੇਖੋ ਕ੍ਰਿਸ਼ਨ ਜੀ, ਮੈਂ ਨਾ ਇੱਕ ਦੋ ਕਾਰਨਾਂ ਕਰਕੇ ਇਸ ਜਿਹੜਾ ਜਦੋਂ ਸਿਮਰਜੀਤ ਸਿੰਘ ਮਾਨ ਆਪਣਾ ਆਮ ਆਦਮੀ ਪਾਰਟੀ ਦੀ ਵੱਡੀ ਜਿੱਤ ਤੋਂ ਇਮੀਜੀਏਟ ਬਾਅਦ ਜਿੱਤੇ ਅਤੇ ਆਮ ਆਦਮੀ ਪਾਰਟੀ ਹਾਰੀ, ਮੈਂ ਉਹਨੂੰ ਬਾਕੀ ਲੋਕਾਂ ਨਾਲੋਂ ਅਲੱਗ ਤਰੀਕੇ ਨਾਲ ਦੇਖਦਾ। ਮੈਂ ਇਸ ਤਰ੍ਹਾਂ ਦੇਖਦਾ, ਪਹਿਲੀ ਚੀਜ਼ ਕਿ ਆਮ ਆਦਮੀ ਪਾਰਟੀ ਨੇ ਜਿਸ ਲੈਵਲ ਦੀ ਇਲੈਕਸ਼ਨ ਵਿੱਚ ਵਾਅਦੇ ਕੀਤੇ ਔਰ ਇਸ ਕਿਸਮ ਦੇ ਵਾਅਦੇ ਕੀਤੇ ਵੀ ਅੱਜ ਸਾਡੇ ਕੋਲ ਪਾਵਰ ਆ ਗਈ, ਕੱਲ੍ਹ ਨੂੰ ਅਸੀਂ ਪੰਜਾਬ ਵਿੱਚ ਪਤਾ ਨਹੀਂ ਕੀ ਇਨਕਲਾਬ ਲਿਆ ਦੇਣਾ। ਸੋ ਉਹਦੇ ਸਿੱਟੇ ਵਜੋਂ ਕੀ ਹੁੰਦਾ, ਲੋਕਾਂ ਦੀਆਂ ਐਕਸਪੈਕਟੇਸ਼ਨਸ ਪੈਦਾ ਹੋ ਦਿੰਦੀਆਂ ਨੇ, ਹੈਂਜੀ। ਸੋ ਉਸ ਐਕਸਪੈਕਟੇਸ਼ਨ ਦੇ ਅੱਛਾ ਮੁੜ ਕੇ ਵਰਡਿਕਟ ਆ ਗਿਆ, ਘਰਾਂ ਵਿੱਚ ਵੜ ਗਏ, ਹੈਂਜੀ, ਸੈਲੀਬ੍ਰੇਸ਼ਨ ਸ਼ੁਰੂ ਹੋ ਗਈ।
ਅੱਛਾ ਤੀਜੀ ਦੂਜੀ ਚੀਜ਼ ਇਹਨਾਂ ਨੂੰ ਇਹ ਲੱਗਿਆ ਕਿ ਅਸੀਂ ਜਿਹਨੂੰ ਮਰਜ਼ੀ ਖੜਾ ਕਰ ਦਈਏ ਕਿਉਂਕਿ ਸਾਨੂੰ ਤਾਂ ਐਡੀ ਵੱਡੀ ਵੱਡਾ ਵਾਡ ਲੋਕ ਇੱਦਾਂ ਨਹੀਂ ਸੋਚਦੇ ਇਹ ਇਲਾਕੇ ਦੇ ਲੋਕ ਬੜੇ ਬੜੇ ਪੋਲੀਟੀਕਲੀ ਅਵੇਅਰ ਲੋਕ ਨੇ ਹੈ ਜੀ ਸੋ ਲੋਕਾਂ ਨੂੰ ਇਹ ਗੱਲ ਚੰਗੀ ਨਹੀਂ ਲੱਗੀ ਤੀਜੀ ਚੀਜ਼ ਕਹਾਂਗਾ ਮੈਂ ਕਿ ਕੈਂਡੀਡੇਟ ਉਹ ਖੜਾ ਕਰਤਾ ਜਿਹੜਾ ਕੈਂਡੀਡੇਟ ਸਿਮਰਜੀਤ ਸਿੰਘ ਦੇ ਮਾਮਲੇ ਜਿਹਦਾ ਮੁਕਾਬਲੇ ਕੋਈ ਵੱਡਾ ਕੱਦ ਨਹੀਂ ਹੈਗਾ ਹੈ ਜੀ ਸੋ ਉਹ ਆਮ ਆਦਮੀ ਪਾਰਟੀ ਦਾ ਵੱਡਾ ਵਰਕਰ ਹੋ ਸਕਦਾ ਆਮ ਆਦਮੀ ਪਾਰਟੀ ਲਈ ਉਹਦੀ ਵੱਡੀ ਕੰਟਰੀਬਿਊਸ਼ਨ ਹੋ ਸਕਦੀ ਹੈ ਚਿਹਰਾ ਮੋਹਰਾ ਤੁਸੀਂ ਦੇਖੋ ਨਾ ਵੀ ਇੱਕ ਪਿੰਡ ਦਾ ਸਰਪੰਚ ਦੂਜੇ ਪਾਸੇ ਸਿਮਰਜੀਤ ਸਿੰਘ ਮਾਨ ਜਿਹਨੇ ਤੁਸੀਂ ਜੋ ਮਰਜ਼ੀ ਕਹੋ ਕਿ ਜਿਹੜੀ ਆਪਣੀ ਜਿਹੜੀ ਆਈਡੀਓਲੋਜੀ ਹੈ ਚਾਹੇ ਤੁਸੀਂ ਉਸ ਆਈਡੀਓਲੋਜੀ ਨਾਲ ਸਹਿਮਤ ਹੋਵੋ ਚਾਹੇ ਨਾ ਸਹਿਮਤ ਹੋਵੋ ਜਿਹੜਾ ਸਿੱਖ ਏਜੰਡਾ ਉਹਨਾਂ ਨੇ ਉਹ ਛੱਡਿਆ ਨਹੀਂ ਖੁੰਡਾ ਜ਼ਰੂਰ ਕੀਤਾ ਠੰਡਾ ਜ਼ਰੂਰ ਕੀਤਾ ਆਪਣੇ ਮੁੱਦਿਆਂ 'ਤੇ ਅਜੇ ਤੱਕ ਖੜ੍ਹਾ ਹੈ ਜੀ ਸੋ ਇਸ ਕਰਕੇ ਜਿਹੜੀ ਸਿੱਖ ਕੰਸਟੀਟੂਐਂਸੀ ਹੈਗੀ ਹੈ ਸਿੱਖ ਹਲਕਾ ਜਿਹੜੀ ਸਿੱਖ ਸਰਕਲ ਵਿੱਚ ਸਿਮਰਜੀਤ ਸਿੰਘ ਮਾਨ ਇੱਕ ਵੱਡਾ ਨਾਂ ਹੈ ਜਿਹਦੇ ਮੁਕਾਬਲੇ ਉਹ ਛੋਟਾ ਕੈਂਡੀਡੇਟ ਸੀ ਰਹੀ ਗੱਲ ਹੁਣ ਦੀ ਹੁਣ ਮੈਂ ਮਹਿਸੂਸ ਕਰਦਾ ਕਿ ਜਿਹੜਾ ਕੈਂਡੀਡੇਟ ਮੀਤ ਹੇਅਰ ਆਮ ਆਦਮੀ ਪਾਰਟੀ ਨੇ ਖੜ੍ਹਾ ਕੀਤਾ ਉਹਦਾ ਕੱਦ ਐਡਾ ਛੋਟਾ ਨਹੀਂ ਹੈਗਾ ਚਾਹੇ ਯੰਗ ਮੁੰਡਾ ਇਹ ਅਲੱਗ ਗੱਲ ਹੈ ਦੋ ਵਾਰ MLA ਬਣਿਆ ਅਤੇ ਅਗਲੀ ਗੱਲ ਇਹ ਹੈ ਕਿ ਪਹਿਲੇ ਕੈਂਡੀਡੇਟ ਦੇ ਮੁਕਾਬਲੇ ਤੁਸੀਂ ਨੋਟ ਕਰੋ ਮੀਤ ਹੇਅਰ ਜਦੋਂ ਕੋਈ ਗੱਲ ਕਰੇਗਾ ਇੱਕ ਕਾਇਦੇ ਕਾਨੂੰਨ ਦੀ ਗੱਲ ਕਰੇਗਾ ਉਹ ਆਪਣੀ ਗੱਲ ਰੱਖਣ ਦੀ ਸਮਰੱਥਾ ਰੱਖਦਾ ਵਧੀਆ ਆਰਟੀਕੁਲੇਟ ਹੈ ਔਰ ਐਕਟਿਵ ਹੈ ਜਿਹੜੀ ਕਿ ਉਹ ਵਿਅਕਤੀ ਹੈ ਜਿਸ ਵਿਅਕਤੀ ਦੀ ਗੱਲਬਾਤ ਤੋਂ ਇਹ ਨਹੀਂ ਜੇ ਲੱਗਦਾ ਕਿ ਯੰਗ ਮੁੰਡਾ ਇਮਚਿਓਰ ਮੁੰਡਾ ਜੋ ਕਿ ਇਹਨਾਂ ਦੇ ਪਹਿਲੇ ਕੈਂਡੀਡੇਟ ਤੋਂ ਲੱਗਦਾ ਸੀ ਸੋ ਇਸ ਕਰਕੇ ਉਹ ਜਿਹੜਾ ਉਹ ਉਸ ਹਾਰ ਦੇ ਆਧਾਰ 'ਤੇ ਸਿਰਫ ਅਤੇ ਸਿਰਫ ਉਸ ਹਾਰ ਦੇ ਆਧਾਰ 'ਤੇ ਇਹ ਰੀਡ ਕਰ ਲੈਣਾ ਉਹ ਗਲਤ ਹੈ ਉਹਦੇ ਕਾਰਨ ਸੀਗੇ ਪਰੰਤੂ ਇਸ ਵਾਰ ਆਮ ਆਦਮੀ ਪਾਰਟੀ ਉੱਥੇ ਚੰਗੀ ਫਾਈਟ ਦੇਏਗੀ ਬਿਲਕੁਲ ਪਰ ਬਹੁਤ ਵੱਡੇ ਨਾ ਫੈਕਟਰ ਕੰਮ ਕਰਦੇ ਆ ਪ੍ਰੋਫੈਸਰ ਸਾਹਿਬ ਸੰਗਰੂਰ ਦੇ ਲਈ ਦੇਖੋ ਇਸ ਵਾਰ ਦਾ ਜਿਹੜਾ ਨਤੀਜਾ ਅਤੇ ਬਾਈ ਇਲੈਕਸ਼ਨ ਦਾ ਨਤੀਜਾ ਬੜਾ ਡਿਫਰੈਂਸ਼ੀਏਟ ਇਸ ਕਰਕੇ ਰਹੇਗਾ ਉਹ 'ਚ ਫਰਕ ਇਹ ਹੈ ਕਿ ਦੇਖੋ ਅਕਾਲੀ ਦਲ ਦੇ ਉਹ ਬਾਗੀ ਧੜੇ ਖਾਸ ਕਰਕੇ ਸੁਖਦੇਵ ਸਿੰਘ ਢੀਂਡਸਾ ਪਰਮਿੰਦਰ ਸਿੰਘ ਢੀਂਡਸਾ ਦੀ ਐਂਟਰੀ ਅਕਾਲੀ ਦਲ ਦੇ ਵਿੱਚ ਹੁੰਦੀ ਹੈ ਸਰਪ੍ਰਸਤ ਬਣਾਇਆ ਜਾਂਦਾ ਪ੍ਰਕਾਸ਼ ਸਿੰਘ ਬਾਦਲ ਨੇ ਕੁਰਸੀ 'ਤੇ ਸੁਖਦੇਵ ਸਿੰਘ ਢੀਂਡਸਾ ਨੂੰ ਬਿਠਾਇਆ ਗਿਆ ਕਿ ਢੀਂਡਸਾ ਸਾਹਿਬ ਬੈਠੋ ਹਾਲਾਂਕਿ ਉਹ ਵੀ ਸਮਾਂ ਸੀ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਿਹਾ ਕਰਦੇ ਕਿ ਪ੍ਰਕਾਸ਼ ਸਿੰਘ ਬਾਦਲ ਅਤੇ ਅਕਾਲੀ ਦਲ ਦੇ ਅਸਲ ਵਾਰਸ ਤਾਂ ਢੀਂਡਸਾ ਸਾਹਿਬ ਨੇ ਪਰ ਚਰਚਾਵਾਂ ਬਹੁਤ ਵੱਡੀਆਂ ਸੀ ਕਿ ਕੜੀ ਦਾ ਕੰਮ ਕਰਨਗੇ ਪਰ ਬਹੁਤਾ ਕਾਮਯਾਬ ਗੱਠਜੋੜ ਪੰਜਾਬ 'ਚ ਚਰਚਾਵਾਂ ਹੀ ਬਣ ਕੇ ਰਹਿ ਗਈਆਂ ਪ੍ਰੋਫੈਸਰ ਸਾਹਿਬ ਪਰ ਇੱਥੇ ਢੀਂਡਸਾ ਫੈਕਟਰ ਕਿੰਨਾ ਕੰਮ ਕਰੇਗਾ ਜੇ ਢੀਂਡਸਾ ਫੈਕਟਰ ਕੰਮ ਕਰੇਗਾ ਤਾਂ ਫਿਰ ਸਿਮਰਨਜੀਤ ਸਿੰਘ ਮਾਨ ਦੇ ਲਈ ਬਹੁਤ ਵੱਡਾ ਚੈਲੰਜ ਹੋਏਗਾ ਜਿਸ ਦਾ ਰੂਲਿੰਗ ਜਮਾਤ ਨੂੰ ਕੀ ਬਹੁਤਾ ਫਾਇਦਾ ਹੋ ਸਕਦਾ ਦੇਖੋ ਮੇਰੇ ਮੁਤਾਬਕ ਜਿਹੜੇ ਵਿਅਕਤੀਆਂ ਨੇ ਪਿਛਲੇ ਸਮੇਂ ਵਿੱਚ ਅਕਾਲੀ ਦਲ ਜੁਆਇਨ ਕੀਤੀ ਹੈ ਉਹਦੇ ਨਾਲ ਸੁਭਾਵਿਕ ਤੌਰ 'ਤੇ ਅਕਾਲੀ ਦਲ ਨੂੰ ਫਾਇਦਾ ਹੁੰਦਾ ਹੈ ਅਕਾਲੀ ਦਲ ਵਿੱਚ ਇੱਕ ਘੱਟੋ ਘੱਟ ਇਹ ਤਾਂ ਗੱਲ ਕਲੀਅਰ ਹੋ ਗਈ ਕਿ ਹੁਣ ਸਿੱਖ ਵੋਟਸ ਦਾ ਪਲੇਟਫਾਰਮ ਅਕਾਲੀ ਦਲ ਹੈ ਅਤੇ ਉਸ ਤੋਂ ਬਾਹਰ ਕੋਈ ਬਹੁਤ ਵੱਡੇ ਲੋਕ ਨਹੀਂ ਹੈਗੇ ਪਰੰਤੂ ਮੈਂ ਜਾਤੀ ਤੌਰ 'ਤੇ ਮਹਿਸੂਸ ਕਰਦਾ ਕਿ ਢੀਂਡਸਾ ਜਾਂ ਬੀਬੀ ਜਗੀਰ ਕੌਰ ਦੇ ਜੁਆਇਨ ਕਰਨ ਨਾਲ ਕੋਈ ਬਹੁਤ ਵੱਡੀ ਪਿਕਚਰ ਅਕਾਲੀ ਦਲ ਦੀ ਪੰਜਾਬ ਵਿੱਚ ਬਦਲੀ ਹੋਵੇ ਉਹ ਨਹੀਂ ਹੈਗਾ ਮੇਰਾ ਸੋਚਣ ਦਾ ਨਜ਼ਰੀਆ ਹੋਰ ਹੈ ਮੇਰਾ ਸੋਚਣ ਦਾ ਨਜ਼ਰੀਆ ਇਹ ਹੈ ਕਿ ਕੋਈ ਐਸਾ ਮੁੱਦਾ ਜਿਹੜਾ ਅਕਾਲੀ ਦਲ ਨੇ ਅਰੇਜ ਕੀਤਾ ਹੋਵੇ ਜਿਹੜੀ ਲੋਕਾਂ ਦੀ ਇਮੈਜੀਨੇਸ਼ਨ ਨੂੰ ਕੈਚ ਕਰਦਾ ਹੋਵੇ ਜਿੰਨੀ ਦੇਰ ਤੱਕ ਉਹ ਨਹੀਂ ਹੁੰਦਾ ਉਨੀ ਦੇਰ ਤੱਕ ਅਕਾਲੀ ਦਲ ਦਾ ਰੀਇਮਰਜ ਕਰਨਾ ਜਾਣੀ ਕਿ ਗੁਆਚਿਆ ਹੋਇਆ ਆਧਾਰ ਰੀਕੈਪਚਰ ਕਰਨ ਲਈ ਜਿਹੜੀਆਂ ਲੋੜੀਂਦੀਆਂ ਗੱਲਾਂ ਇੱਕ ਪਾਰਟੀ ਨੂੰ ਕਰਨੀਆਂ ਚਾਹੀਦੀਆਂ ਨੇ ਉਸ ਕਿਸਮ ਦੀਆਂ ਵੱਡੀਆਂ ਗੱਲਾਂ ਨਹੀਂ ਹੋਈਆਂ
ਮੇਰੇ ਮੁਤਾਬਕ ਵਿਅਕਤੀ ਮਹੱਤਵਪੂਰਨ ਨੇ, ਪਰ ਇਕੱਲੇ ਵਿਅਕਤੀਆਂ ਦੇ ਜੁਆਇਨ ਕਰਨ ਨਾਲ ਕੋਈ ਪਾਰਟੀ ਦੁਆਰਾ ਖੜੀ ਨਹੀਂ ਹੁੰਦੀ, ਇਹ ਮੇਰਾ ਤਰਕ ਹੈ। ਬਿਲਕੁਲ ਬਿਲਕੁਲ, ਬਹੁਤ ਵੱਡੇ ਫੈਕਟਰ ਇਹੀ ਹੁੰਦੇ ਹੈ ਕਿ ਪਾਰਟੀ ਸਾਰੀਆਂ ਕੋਲੈਬੋਰੇਸ਼ਨ ਹੋ ਜਾਂਦੀਆਂ ਨੇ। ਪ੍ਰੋਫੈਸਰ ਸਾਹਿਬ, ਦੇਖੋ ਕੋਈ ਬੰਦਾ ਪਾਰਟੀ ਨਹੀਂ ਜਿਤਾ ਸਕਦਾ, ਪਾਰਟੀ ਵੀ ਆਪਣਾ ਆਧਾਰ ਰੱਖਦੀ ਹੈ, ਪਰ ਸੰਗਰੂਰ ਦੀ ਜੇ ਅਸੀਂ ਗੱਲ ਕਰੀਏ, ਸੰਗਰੂਰ ਉਹ ਸੀਟ ਰਹੀ ਹੈ ਜਿੱਥੋਂ ਭਗਵੰਤ ਮਾਨ ਅਸਤੀਫਾ ਦਿੰਦੇ ਨੇ, ਬਾਈ ਇਲੈਕਸ਼ਨ ਹੁੰਦੀ ਹੈ, ਸਿਮਰਨਜੀਤ ਸਿੰਘ ਮਾਨ ਇਲੈਕਸ਼ਨ ਜਿੱਤਦੇ ਹੈ, ਪਰ ਇਸ ਵਿਚਾਲੇ ਵੱਡੇ ਮਾਰਜਨ ਨਾਲ ਆਮ ਆਦਮੀ ਪਾਰਟੀ ਇਸ ਇਲਾਕੇ 'ਚ ਜਿੱਤਦੀ ਰਹੀ ਹੈ। ਪਰ ਕਈ ਫੈਕਟਰ ਇੱਥੇ ਇਕੱਠੇ ਹੋਏ, ਖਾਸ ਕਰਕੇ ਮੂਸੇਵਾਲਾ ਫੈਕਟਰ ਦਾ ਵੀ ਵਾਰ ਵਾਰ ਇੱਥੇ ਜ਼ਿਕਰ ਹੁੰਦਾ, ਡੇਰੇ ਸਿਰਸੇ ਦੇ ਫੈਕਟਰ ਦਾ ਵੀ ਇੱਥੇ ਵਾਰ ਵਾਰ ਜ਼ਿਕਰ ਹੁੰਦਾ ਕਿ ਜਿਹੜੀ ਦਿਹਾਤੀ ਵੋਟ ਹੈ ਉਹ ਸ਼ਹਿਰੀ ਵੋਟ 'ਚ ਕੀ ਕੁਛ ਆਪਣਾ ਆਧਾਰ ਰੱਖਦੀ ਹੈ। ਪ੍ਰੋਫੈਸਰ ਸਾਹਿਬ, ਦੇਖਿਆ ਸੀ ਕਿ ਇੱਕ ਪਾਸੇ ਦਿਹਾਤੀ ਵੋਟ ਹੈ, ਕਿਸਾਨਾਂ ਦੀ ਗੱਲ ਹੋ ਰਹੀ ਹੈ, ਖੰਡੌਰੀ ਅਤੇ ਸ਼ੰਭੂ ਬਿਲਕੁਲ ਨਾਲ ਦੇ ਇਲਾਕੇ ਨੇ ਸੰਗਰੂਰ 'ਤੇ, ਕਿੰਨਾ ਕੁ ਪ੍ਰਭਾਵ ਇਸ ਸੰਗਰੂਰ ਸੀਟ ਛੱਡੇਗੀ, ਕਿਉਂਕਿ ਰਾਸ਼ਟਰੀ ਪਾਰਟੀਆਂ ਦੇ ਦਰਮਿਆਨ ਖੇਤਰੀ ਪਾਰਟੀ ਦੇ ਪ੍ਰਧਾਨ ਨੇ ਵੀ ਖੁੰਡਾ ਚੱਕਿਆ ਹੋਇਆ ਹੈ। ਕ੍ਰਿਸ਼ਨ, ਜਿਹੜਾ ਤੁਸੀਂ ਇਹ ਕਿਸਾਨੀ ਮੁੱਦੇ ਦੀ ਗੱਲ ਕਰਦੇ ਹੋ, ਇਹ 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 ਮਹੱਤਵਪੂਰਨ ਮੁੱਦਾ ਰਹਿਣ ਵਾਲਾ ਹੈ ਅਤੇ ਪਿਛਲੇ ਸਮੇਂ ਵਿੱਚ ਵੀ ਰਿਹਾ ਹੈ ਜੀ। ਇਹ ਵੀ ਗੱਲ ਤੁਸੀਂ ਨੋਟ ਕਰ ਲਓ ਕਿ ਟ੍ਰਡੀਸ਼ਨਲੀ ਜਿਹੜੀ ਪੀਜੈਂਟਰੀ ਦੀ ਵੋਟ ਆ ਉਹ ਅਕਾਲੀ ਦਲ ਨੂੰ ਜਾਂਦੀ ਰਹੀ ਹੈ ਜੀ, ਅਤੇ ਜਿਹੜੇ ਕਾਰਨਾਂ ਕਰਕੇ ਪੀਜੈਂਟਰੀ ਦੀ ਵੋਟ ਅਕਾਲੀ ਦਲ ਤੋਂ ਟੁੱਟੀ ਉਹ ਵੀ ਤੁਹਾਨੂੰ ਪਤਾ ਹੈ ਜੀ। ਜਿਹੜੇ ਤਿੰਨ ਖੇਤੀ ਕਾਨੂੰਨਾਂ ਨੂੰ ਲੈ ਕੇ ਜੋ ਮਿਸਗਿਵਿੰਗ ਕਹਿ ਲਓ, ਕਨਫਿਊਜ਼ਨ ਕਹਿ ਲਓ, ਜਿਹੜੀ ਫਾਰ ਐਗਜ਼ਾਮਪਲ ਅਕਾਲੀ ਦਲ ਤੋਂ ਆਸ ਨਹੀਂ ਸੀਗੀ। ਦੇਖੋ ਕਈ ਵਾਰ ਕੀ ਹੁੰਦਾ, ਤੁਹਾਨੂੰ ਗੁੱਸਾ ਉਦੋਂ ਜ਼ਿਆਦਾ ਆਉਂਦਾ ਜਦੋਂ ਕੋਈ ਵਿਅਕਤੀ ਉਹ ਕੰਮ ਕਰੇ ਜਿਹੜਾ ਤੁਸੀਂ ਉਹਦੇ ਤੋਂ ਆਸ ਨਾ ਰੱਖੇ। ਜਾਣੀ ਕਿ ਅਕਾਲੀ ਦਲ ਤੋਂ ਪੰਜਾਬ ਦਾ ਕਿਸਾਨ, ਇਹ ਠੀਕ ਸੀ ਗਲਤ ਸੀ ਉਹ ਗੱਲ ਉਹ ਤਰਕ ਅਲੱਗ ਕਿਸਮ ਦਾ ਕਿ ਤਿੰਨ ਕਾਨੂੰਨਾਂ ਦੇ ਹੱਕ ਵਿੱਚ ਬੋਲਣ ਵਾਲੇ ਵੀ ਹੈਗੇ, ਤਿੰਨ ਕਾਨੂੰਨਾਂ ਦੇ ਵਿਰੋਧ ਵਿੱਚ ਬੋਲਣ ਵਾਲੇ ਵੀ ਹੈਗੇ, ਔਰ ਮੈਂ ਜਾਤੀ ਤੌਰ 'ਤੇ ਮਹਿਸੂਸ ਕਰਦਾ ਕਿ ਇਨ ਬਿਟਵੀਨ ਗੱਲ ਹੋਣੀ ਚਾਹੀਦੀ ਹੈ। ਉਹ ਗੱਲ ਹੀ ਜਿਹੜੀ ਗੱਲ ਤੁਸੀਂ ਪੁੱਛ ਰਹੇ ਹੋ, ਦੇਖੋ ਉਸ ਕਰਕੇ ਪੰਜਾਬ ਦੀ ਪੀਜੈਂਟਰੀ ਅਕਾਲੀ ਦਲ ਤੋਂ ਟੁੱਟੀ, ਅਤੇ ਹੁਣ ਇਹੀ ਦੇਖ ਮੈਂ ਇਹ ਸਮਝਦਾ ਇਹ ਇੱਕ ਵੱਡਾ ਕਾਰਨ ਰਿਹਾ ਹੋਣਾ ਜਿਹੜੇ ਕਾਰਨ ਕਰਕੇ ਅਕਾਲੀ ਦਲ ਅਤੇ BJP ਦਾ ਪੰਜਾਬ ਵਿੱਚ ਅਲਾਇੰਸ ਨਹੀਂ ਹੋ ਸਕਿਆ। ਕੀ ਕਿ ਜਿੰਨੀ ਦੇਰ ਤੱਕ ਅਕਾਲੀ ਦਲ ਸੈਂਟਰ ਦੀ ਸਰਕਾਰ ਕੋਲੋਂ ਕੋਈ ਵੱਡੀ ਗਰੰਟੀ ਇਸ ਮੁੱਦੇ 'ਤੇ ਨਹੀਂ ਲੈ ਲੈਂਦਾ, ਉਨੀ ਦੇਰ ਤੱਕ ਇਹ ਔਖਾ ਸੀਗਾ ਅਕਾਲੀ ਦਲ ਲਈ ਲੋਕਾਂ ਨੂੰ ਜਾ ਕੇ ਦੱਸਣਾ ਕਿ ਲਓ ਜੀ ਅਸੀਂ BJP ਨਾਲ ਮਿਲੇ ਹਾਂ, ਪਰੰਤੂ BJP ਤੋਂ ਆਹ ਗੱਲ ਅਸੀਂ ਮਨਵਾਈ ਹੈ, ਉਹ ਮੰਨੀ ਨਹੀਂ ਗਈ। ਇਹ ਇੱਕ ਵੱਡਾ ਕਾਰਨ ਹੈ ਜਿਹਦੇ ਕਰਕੇ ਅਕਾਲੀ ਦਲ ਅਤੇ BJP ਦਾ ਅਲਾਇੰਸ ਨਹੀਂ ਰਿਹਾ। ਸੋ ਇਸ ਕਰਕੇ ਅਜੇ ਤੱਕ ਮੈਨੂੰ ਨਹੀਂ ਨਜ਼ਰ ਆ ਰਿਹਾ ਕਿ ਜਿਹੜਾ ਉਹ ਫਿਆਸਕੋ ਸੀਗਾ 2019 ਵਾਲਾ, ਤਿੰਨ ਕਾਨੂੰਨਾਂ ਨੂੰ ਲੈ ਕੇ ਫਿਆਸਕੋ ਅਕਾਲੀ ਦਲ ਦਾ, ਕਿ ਅਕਾਲੀ ਦਲ ਨੂੰ ਉਸ ਕਿਸਮ ਦੇ ਬਿਆਨਬਾਜ਼ੀ ਨਹੀਂ ਸੀ ਕਰਨੀ ਚਾਹੀਦੀ ਜਿਸ ਕਿਸਮ ਦੀ ਬਿਆਨਬਾਜ਼ੀ ਤਿੰਨ ਕਾਨੂੰਨਾਂ ਨੂੰ ਲੈ ਕੇ ਕੀਤੀ, ਜਿਹੜੀ ਬਿਆਨਬਾਜ਼ੀ ਅਜੇ ਤੱਕ ਅਕਾਲੀ ਦਲ ਦੇ ਖਿਲਾਫ ਯੂਜ਼ ਹੁੰਦੀ ਆ ਰਹੀ ਹੈ। ਉਹ ਚਾਹੇ ਹੁਣ ਅਕਾਲੀ ਦਲ ਨੇ ਸਰਕਾਰ ਛੱਡ ਦਿੱਤੀ ਹੈ, ਅਲਾਇੰਸ ਛੱਡ ਦਿੱਤਾ ਅਤੇ ਅਕਾਲੀ ਦਲ ਕਿਸਾਨਾਂ ਦੇ ਹੱਕ ਵਿੱਚ ਖੜ੍ਹਾ, ਪਰੰਤੂ ਅਜੇ ਤੱਕ ਉਹ ਸਾਰਾ ਆਧਾਰ ਜਿਹੜਾ ਖੁੱਸਿਆ ਸੀ ਅਕਾਲੀ ਦਲ ਨਾਲ ਵਾਪਸ ਜੁੜ ਗਿਆ ਹੋਵੇ ਉਹ ਨਜ਼ਰ ਨਹੀਂ ਆਉਂਦਾ। ਅਗਲੀ ਇਲੈਕਸ਼ਨ ਵਿੱਚ ਕੀ ਹੁੰਦਾ ਇਹ ਦੇਖ ਲਿਆ ਜਾਵੇਗਾ, ਪਰੰਤੂ ਮੇਰੀ ਜਿਹੜੀ ਇਨਫੋਰਮੇਸ਼ਨ ਉਹ ਦੱਸਦੀ ਹੈ ਕਿ ਕਿਸਾਨਾਂ ਦੀ ਜਿਹੜੀ ਨਾਰਾਜ਼ਗੀ ਹੈ ਉਹ ਅਕਾਲੀ ਦਲ ਨਾਲ ਬਰਕਰਾਰ ਹੈ। ਬਿਲਕੁਲ, ਪਰ ਇੰਡੀਆ ਗੱਠਜੋੜ ਬਰਾਮ NDA ਦੀ ਗੱਲ ਕਰੀਏ, ਦੇਖੋ ਪ੍ਰੋਫੈਸਰ ਸਾਹਿਬ, ਦਿੱਲੀ 'ਚ ਜਿਵੇਂ ਤਕਰੀਰਾਂ ਪੇਸ਼ ਹੋਈਆਂ, ਕੇਜਰੀਵਾਲ ਦੇ ਜੇਲ੍ਹ ਯਾਤਰਾ ਤੋਂ ਬਾਅਦ ਭਗਵੰਤ ਮਾਨ ਨੇ ਮੋਰਚਾਬੰਦੀ ਜਿਸ ਤਰੀਕੇ ਨਾਲ ਦਿੱਲੀ ਵਿੱਚ ਕੀਤੀ, ਬਿਲਕੁਲ ਰਾਹੁਲ ਗਾਂਧੀ ਦੇ ਨਾਲ ਵਾਲੀ ਕੁਰਸੀ 'ਤੇ ਭਗਵੰਤ ਮਾਨ ਬੈਠੇ ਸੀ, ਕੀ ਕੰਸੀਡਰ ਆਉਣ ਵਾਲੇ ਦਿਨਾਂ 'ਚ ਦੋਹੇ ਸਿਆਸੀ ਜਮਾਤਾਂ ਕਰ ਸਕਦੀਆਂ ਨੇ? ਜੇ ਕਿਤੇ ਇੰਡੀਆ ਗੱਠਜੋੜ ਦੇ ਮਸਲੇ 'ਤੇ ਚਰਚਾ ਹੋ ਜਾਂਦੀ ਪੰਜਾਬ 'ਚ ਤਾਂ ਕੀ ਸਿਨੈਰੀਓ ਰਹਿਣਗੇ? ਇਹ ਪਹਿਲਾ ਸਵਾਲ ਹੈ। ਦੂਜਾ ਇੰਪੋਰਟੈਂਟ ਚੀਜ਼ ਪ੍ਰੋਫੈਸਰ ਸਾਹਿਬ ਇਹ ਹੈ ਕਿ ਠੀਕ ਹੈ, ਅਕਾਲੀ ਦਲ ਅਤੇ BJP ਇਸ ਵਾਰ ਅਲੱਗ ਇਲੈਕਸ਼ਨ ਲੜ ਰਹੇ ਨੇ,
ਪਰ 32 ਸਾਲ ਬਾਅਦ ਅੰਮ੍ਰਿਤਸਰ ਤੋਂ ਆਪਣਾ ਕੈਂਡੀਡੇਟ ਇਸ ਵਾਰ ਅਕਾਲੀ ਦਲ ਦੇਗਾ, ਜਿਹੜਾ ਕਿ ਪੰਥ ਦਾ ਧੁਰਾ ਉਹ ਸੀਟ ਮੰਨੀ ਗਈ ਹੈ। ਬਠਿੰਡਾ ਦੀ ਗੱਲ ਕਰੀਏ ਤਾਂ 26 ਸਾਲ ਬਾਅਦ ਇਸ ਵਾਰ ਬੀਜੇਪੀ ਕੈਂਡੀਡੇਟ ਉਤਾਰੇਗੀ। ਪਰ ਡਾਕਟਰ ਸਾਹਿਬ, ਇੱਕ ਚੀਜ਼ ਇਹ ਇੰਪੋਰਟੈਂਟ ਦੇਖਣੀ ਪਏਗੀ ਕਿ ਇਸ ਵਾਰ ਦੇ ਕੈਂਡੀਡੇਟਸ ਕਿੰਨੇ ਸਟਰੋਂਗ ਇੱਕ ਦੂਜੇ ਦੇ ਅਗੇਂਸਟ ਉਤਾਰੇ ਜਾਂਦੇ ਆ। ਜੇ ਤਾਂ ਅਗੇਂਸਟ ਉਤਾਰੇ ਗਏ ਤਾਂ ਚਰਚਾ ਕੁਛ ਹੋਰ ਹੋਏਗੀ, ਨਹੀਂ ਫਿਰ ਇਸ ਨੂੰ ਮਿਊਚੁਅਲ ਅੰਡਰਸਟੈਂਡਿੰਗ ਮੰਨਿਆ ਜਾਏ। ਇੱਕ ਪੋਲੀਟੀਕਲ ਟੈਕਟਿਕ ਹੁੰਦਾ ਜਿਹੜੀਆਂ ਸਿਆਸੀ ਜਮਾਤਾਂ ਬੜੀਆਂ ਖੂਬ ਤਰੀਕੇ ਨਾਲ ਵਰਤਦੀਆਂ ਨੇ। ਦੇਖੋ ਕ੍ਰਿਸ਼ਨ, ਬੀਜੇਪੀ ਇਸ ਕਿਸਮ ਦੀ ਪਾਰਟੀ ਨਹੀਂ ਹੈਗੀ ਕਿ ਜੇ ਕੋਈ ਤੁਹਾਡਾ ਵਿਰੋਧੀ ਹੈ ਤਾਂ ਉਹਨੂੰ ਬਖਸ਼ਿਆ ਜਾਵੇ। ਸੋ ਜੇ ਬੀਜੇਪੀ ਅਲੱਗ ਚੋਣ ਲੜ ਰਹੀ ਹੈ ਤਾਂ ਬੀਜੇਪੀ ਸਾਰੀਆਂ ਗੱਲਾਂ ਨੂੰ ਸੋਚ ਵਿਚਾਰ ਕੇ ਕੈਂਡੀਡੇਟ ਖੜ੍ਹੇ ਕਰੇਗੀ। ਮੈਂ ਇਹ ਗੱਲ ਨਹੀਂ ਮੰਨਾਂਗਾ ਕਿ ਜੇ ਬੀਜੇਪੀ ਅਕਾਲੀ ਦਲ ਅਲੱਗ ਅਲੱਗ ਪਲੇਟਫਾਰਮ ਤੋਂ ਚੋਣ ਲੜ ਰਹੇ ਹੋਣ ਅਤੇ ਫਿਰ ਇਹ ਆਪਣਾ ਫਰੈਂਡਲੀ ਮੈਚ ਹੈ। ਕਿਉਂ ਭਲਾ? ਕਾਰਨ ਇਹ ਹੈ, ਜਿਹੜਾ ਅਕਾਲੀ ਦਲ ਹੈ ਉਹਦਾ ਤਾਂ ਸਰਵਾਈਵਲ ਐਟ ਸਟੇਕ ਹੈ। ਜਾਣੀ ਕਿ ਜੇ ਤੁਹਾਡੀ ਵੋਟਿੰਗ ਪਰਸੈਂਟੇਜ ਜਿਹੜੀ ਪਿਛਲੀ ਅਸੈਂਬਲੀ ਇਲੈਕਸ਼ਨ ਤੋਂ ਥੱਲੇ ਚੱਲ ਜਾਂਦੀ ਹੈ, ਫਿਰ ਅਕਾਲੀ ਦਲ ਕੀ ਮੂੰਹ ਦਿਖਾਏਗਾ? ਅਕਾਲੀ ਦਲ ਦੀ ਤਾਂ ਕੋਸ਼ਿਸ਼ ਇਹ ਹੋਏਗੀ ਕਿ ਅਸੀਂ ਕਿੰਨੀਆਂ ਸੀਟਾਂ ਜਿੱਤਦੇ ਹਾਂ ਇਹ ਗੱਲ ਸੈਕੰਡਰੀ ਆ, ਪਰੰਤੂ ਪਿਛਲੀ ਅਸੈਂਬਲੀ ਦੇ ਮੁਕਾਬਲੇ ਵੱਡੀ ਗਿਣਤੀ ਵਿੱਚ ਸਾਡਾ ਵੋਟ ਪਰਸੈਂਟੇਜ ਜੇ ਇੰਪਰੂਵ ਹੁੰਦਾ ਫਿਰ ਹੀ ਅਸੀਂ ਇਹ ਕਹਿ ਸਕਦੇ ਹਾਂ ਕਿ ਅਕਾਲੀ ਦਲ ਭਵਿੱਖ ਦੀ ਪਾਰਟੀ ਹੈ। ਇਸ ਕਰਕੇ ਇਸ ਮੁੱਦੇ 'ਤੇ ਮੇਰੇ ਮੁਤਾਬਕ ਅਕਾਲੀ ਦਲ ਨੇ ਬੀਜੇਪੀ ਨੂੰ ਨਹੀਂ ਬਖਸ਼ਣਾ ਬਣਦਾ। ਜੇ ਇੱਦਾਂ ਦੀ ਗੱਲ ਹੁੰਦੀ ਹੈ ਮੇਰੇ ਮੁਤਾਬਕ ਉਹ ਅਕਾਲੀ ਦਲ ਲਈ ਸੁਈਸਾਈਡਲ ਹੋਏਗੀ। ਮੈਂ ਜਾਤੀ ਤੌਰ 'ਤੇ ਮਹਿਸੂਸ ਕਰਦਾ ਕਿ ਬੀਜੇਪੀ ਨੇ ਇਹ ਗੱਲ ਨਹੀਂ ਕਰਨੀ। ਬੀਜੇਪੀ ਸਾਰੇ ਦਾਅ ਖੇਡ ਕੇ ਜੋ ਪੋਸੀਬਲ ਬੈਸਟ ਕੈਂਡੀਡੇਟ ਦਾ ਦੀ ਡੈਫੀਨੇਸ਼ਨ ਪਾਰਟੀਆਂ ਲਈ ਕ੍ਰਿਸ਼ਨ ਇਹ ਹੁੰਦੀ ਹੈ ਕਿ ਕਿਹੜਾ ਵਿਨਿੰਗ ਕੈਂਡੀਡੇਟ ਹੈ ਜੀ। ਸੋ ਉੱਥੇ ਕੋਈ ਵਿਚਾਰਧਾਰਾ ਚਾਹੇ 15 ਕੇਸ ਕਿਸੇ ਵਿਅਕਤੀ ਦੇ ਖਿਲਾਫ ਹੋਣ, ਜੇ ਉਹਨਾਂ ਨੂੰ ਲੱਗੇ ਕਿ ਕੈਂਡੀਡੇਟ ਜਿੱਤ ਸਕਦਾ ਉਹ ਉਹਨਾਂ ਲਈ ਚੰਗਾ ਕੈਂਡੀਡੇਟ ਹੈ। ਸੋ ਬੀਜੇਪੀ ਸਾਰੀਆਂ ਗੱਲਾਂ ਨੂੰ ਵਿਚਾਰ ਕੇ ਕੈਂਡੀਡੇਟ ਖੜ੍ਹੇ ਕਰੇਗੀ। ਇਹ ਕੋਈ ਫਰੈਂਡਲੀ ਮੈਚ, ਜਿਹੜੀ ਗੱਲ ਤੁਸੀਂ ਕੀਤੀ ਹੈ ਇੰਡੀਆ ਅਲਾਇੰਸ ਦੀ, ਪੰਜਾਬ ਵਿੱਚ ਜੋ ਚੀਜ਼ਾਂ ਇਸ ਵੇਲੇ ਇੱਕ ਸਟੈਂਡ ਕਰਦੀਆਂ ਨੇ ਆਪਣਾ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਅਲਾਇੰਸ ਦੀ ਸੰਭਾਵਨਾ ਨਾ ਵਰਗੀ ਹੈ, ਅਤੇ ਜਿਹੜੇ ਕੇਂਦਰ 'ਤੇ ਮੁੱਦੇ ਨੇ ਨਾ ਉਹ ਅਲੱਗ ਨੇ। ਉਹ ਇਹ ਨੇ ਕਿ ਸਾਰੀਆਂ ਪਾਰਟੀਆਂ ਹੀ ਜਿਹੜੀਆਂ ਕੇਂਦਰ ਦੀਆਂ ਏਜੰਸੀਆਂ ਨੇ ਉਹਦੇ ਤੋਂ ਪੀੜਿਤ ਨੇ। ਅੱਜ ਤੱਕ ਖੈਰ ਸੁਪਰੀਮ ਕੋਰਟ ਆਫ ਇੰਡੀਆ ਦੇ ਚੀਫ ਜਸਟਿਸ ਨੇ ਕਿਸੇ ਇੱਕ ਲੈਕਚਰ ਵਿੱਚ ਇਹ ਨੋਟ ਵੀ ਲਿਆ ਕਿ ਜਿਹੜੀ ਏਜੰਸੀਜ਼ ਆਪਣਾ ਸਰਚਜ਼ ਕਰ ਰਹੀਆਂ ਨੇ, ਜਿਹੜੇ ਇੰਡੀਵਿਜੁਅਲ ਦੇ ਪਰਸਨਲ ਰਾਈਟਸ ਨੇ ਉਹਦੇ 'ਚ ਜਿਹੜਾ ਡੈਲੀਕੇਟ ਬੈਲੈਂਸ ਹੈ ਉਹਨੂੰ ਮੇਨਟੇਨ ਕਰਨ ਦੀ ਲੋੜ ਹੈ। ਜਾਣੀ ਕਿ ਉਸ ਸਟੇਟਮੈਂਟ ਤੋਂ ਇਹ ਗੱਲ ਰੀਡ ਕੀਤੀ ਜਾ ਸਕਦੀ ਹੈ ਕਿ ਜਿਵੇਂ ਇਹ ਗੱਲ ਮਹਿਸੂਸ ਕੀਤੀ ਜਾ ਰਹੀ ਹੋਵੇ ਕਿ ਜਿਸ ਤਰੀਕੇ ਨਾਲ ਕੇਂਦਰ ਦੀਆਂ ਏਜੰਸੀਆਂ ਕੰਮ ਕਰ ਰਹੀਆਂ ਉਹਦੇ ਨਾਲ ਜਿਹੜੀ ਪਾਰਟੀਆਂ ਦੇ ਵਿਅਕਤੀਆਂ ਦੇ ਜਿਹੜੇ ਇੰਡੀਵਿਜੁਅਲ ਲਿਬਰਟੀ ਹੈ ਉਹ ਹਿੱਟ ਹੋ ਰਹੀ ਹੈ ਜੀ। ਸੋ ਕਦੋਂ ਸੁਪਰੀਮ ਕੋਰਟ ਇੰਟਰਵੀਨ ਕਰਦੀ ਹੈ ਇਹ ਬਾਅਦ 'ਚ ਦੇਖਿਆ ਜਾਊਗਾ, ਪਰੰਤੂ ਜਿਹੜੀ ਇੰਡੀਆ ਅਲਾਇੰਸ ਦੀ ਗੱਲ ਕਰਦੇ ਹੋ ਸਾਰੇ ਵਿਕਟਮ ਇੱਕ ਪਲੇਟਫਾਰਮ 'ਤੇ ਇਕੱਠੇ ਹੋਏ ਨੇ। ਪਰ ਨੁਕਸਾਨ ਤਾਂ ਕੋਈ ਨਹੀਂ ਫਿਰ ਪ੍ਰੋਫੈਸਰ ਸਾਹਿਬ ਜੇ ਪੰਜਾਬ 'ਚ ਗੱਠਜੋੜ ਹੋ ਜਾਂਦਾ? ਦੇਖੋ ਜੇ ਤਾਂ ਗੱਠਜੋੜ ਨਹੀਂ ਹੁੰਦਾ ਤਾਂ ਫਿਰ ਇਹ ਮੁੱਛ ਦੀ ਲੜਾਈ ਮੰਨੀ ਜਾਏਗੀ। ਜੇ ਗੱਠਜੋੜ ਹੋ ਜਾਂਦਾ ਤਾਂ ਫਿਰ ਦੇਸ਼ ਬਚਾਉਣ ਦੀ ਲੜਾਈ। ਹੁਣ ਤੱਕ ਤਾਂ ਨਵਜੋਤ ਸਿੰਘ ਸਿੱਧੂ ਵੀ ਕਹਿੰਦੇ ਰਹੇ ਆ ਕਿ ਮੁੱਖ ਮੰਤਰੀ ਚੁਣਨ ਲਈ ਇਲੈਕਸ਼ਨ ਨਹੀਂ ਹੈ, ਪ੍ਰਧਾਨ ਮੰਤਰੀ ਚੁਣਨ ਵਾਸਤੇ ਇਲੈਕਸ਼ਨ ਹੈ, ਗੱਠਜੋੜ ਹੋਣਾ ਚਾਹੀਦਾ। ਬਹੁਤੇ ਕਾਂਗਰਸੀਆਂ ਨੇ ਦਿੱਲੀ 'ਚ ਜਾ ਕੇ ਕਾਂਗਰਸੀਆਂ ਦੇ ਲੀਡਰਾਂ ਦੇ ਕੰਨਾਂ 'ਚ ਫੂਕਾਂ ਮਾਰੀਆਂ ਕਿ ਭਾਈ ਗੱਠਜੋੜ ਨਾ ਕਰ ਲਿਓ, ਸਾਰੀ ਵਿਜੀਲੈਂਸ ਲੀਡਰਾਂ ਪਿੱਛੇ ਲਾ ਰੱਖੀ ਹੈ। ਇਹ ਵੀ ਫੈਕਟਰ ਹੋ ਸਕਦਾ। ਪਰ ਜਿਸ ਤਰੀਕੇ ਦੀ ਬਾਡੀ ਲੈਂਗੁਏਜ ਡਾਕਟਰ ਸਾਹਿਬ ਦਿੱਲੀ ਦੇ ਵਿੱਚ ਸੀ, ਵੱਡੀ ਗਿਣਤੀ 'ਚ ਮੰਤਰੀ ਪਹੁੰਚੇ ਹੋਏ ਸੀ, ਸਾਰੀ ਸਰਕਾਰ ਸਟੇਜ 'ਤੇ ਸੀ,
ਆਉਣ ਵਾਲੇ ਦਿਨ ਬਹੁਤ ਖਾਸ ਹੋ ਸਕਦੇ ਆ, ਕਿਉਂਕਿ ਮੁੱਖ ਮੰਤਰੀ ਭਗਵੰਤ ਮਾਨ ਦਾ ਹੀ ਬਿਆਨ ਸੀ ਕਿ 5 ਕੁ ਦਿਨ ਹੋਰ ਦੇ ਦਿਓ, 5 ਉਮੀਦਵਾਰ ਡਿਕਲੇਅਰ ਕਰ ਦਿਆਂਗੇ। ਪਰ ਸੁਸ਼ੀਲ ਰਿੰਕੂ ਜਦੋਂ ਤੋਂ ਟਿਕਟ ਲੈ ਕੇ ਫਰਾਰ ਹੋਏ ਨੇ ਤਾਂ 5+1 6 ਦਾ ਅੰਕੜਾ ਹੋ ਚੁੱਕਿਆ ਹੈ। ਹੁਣ ਤੁਸੀਂ ਕੀ ਸਵਾਲ ਮੈਨੂੰ ਪੁੱਛ ਰਹੇ ਹੋ? ਸਵਾਲ ਇੰਪੋਰਟੈਂਟ ਇਹ ਹੈ ਵੀ ਬਾਡੀ ਲੈਂਗੁਏਜ ਕਿਵੇਂ ਦੇਖੀ ਪ੍ਰੋਫੈਸਰ ਸਾਹਿਬ। ਠੀਕ ਹੈ, ਗੱਠਜੋੜ ਹੁੰਦਾ ਜਾਂ ਨਹੀਂ ਹੁੰਦਾ ਉਹ ਇੱਕ ਬਹੁਤ ਵੱਡੀ ਚਰਚਾ ਹੈ, ਪਰ ਜੇ ਪੰਜਾਬ ਦੇ ਵਜ਼ੀਰ ਆਲਾ ਦਿੱਲੀ ਜਾ ਰਹੇ ਨੇ, ਪੂਰੀ ਸਰਕਾਰ ਦਿੱਲੀ ਜਾ ਰਹੀ ਹੈ ਇੰਡੀਆ ਗੱਠਜੋੜ ਦੀਆਂ ਬੈਠਕਾਂ 'ਚ ਸਟੇਜਾਂ 'ਤੇ, ਤਾਂ ਫਿਰ ਆਉਣ ਵਾਲੇ ਦਿਨ ਤਾਂ ਬਹੁਤ ਖਾਸ ਹੋਣਗੇ। ਤੁਸੀਂ ਕਿਹਾ ਨਾ ਵੀ ਜੇ ਅਲਾਇੰਸ ਹੋ ਜਾਵੇ, ਇਹ ਨਾ ਇੱਕ ਰਾਜਨੀਤੀ ਵਿੱਚ ਕੁਝ ਗੱਲਾਂ ਦੇਖਣ ਨੂੰ ਬੜੀਆਂ ਨਾ ਇਨੋਸੈਂਟ ਜੀਆਂ ਲੱਗਦੀਆਂ ਨੇ, ਪਰ ਰਾਜਨੀਤੀ ਇੰਨੀ ਕਦੇ ਸਿੰਪਲ ਇਨੋਸੈਂਟ ਹੁੰਦੀ ਨਹੀਂ ਸੀ। ਜੇ ਕਿਸੇ ਪਾਰਟੀ ਨੇ ਆਪਣੇ ਕੇਡਰ ਨੂੰ, ਆਪਣੇ ਆਧਾਰ ਨੂੰ ਇੰਟੈਕਟ ਰੱਖਣਾ ਤਾਂ ਫਿਰ ਅਲੱਗ ਸਟੈਂਡ ਲੈ ਕੇ ਲੋਕਾਂ ਵਿੱਚ ਵਿਚਰਨਾ ਚੰਗਾ ਹੋਏਗਾ। ਜੇ ਤੁਸੀਂ ਮੈਨੂੰ ਦੱਸੋ, ਜੇ ਕਾਂਗਰਸ ਅਤੇ ਆਮ ਆਦਮੀ ਪਾਰਟੀ ਦਾ ਅਲਾਇੰਸ ਹੋ ਜਾਂਦਾ, ਉਹਦਾ ਸਿੱਟਾ ਇਹ ਹੋਏਗਾ ਕਿ ਕੁਝ ਹਲਕਿਆਂ ਵਿੱਚ ਕਾਂਗਰਸ ਚੋਣ ਨਹੀਂ ਲੜੇਗੀ, ਕੁਝ ਹਲਕਿਆਂ ਵਿੱਚ ਆਮ ਆਦਮੀ ਪਾਰਟੀ। ਉੱਥੋਂ ਦਾ ਵਰਕਰ ਜਿਹੜਾ ਅੱਜ ਸੋਚ ਰਿਹਾ ਸੀਗਾ ਕਿ 2024 ਦੀ ਇਲੈਕਸ਼ਨ ਹੋਏਗੀ, ਜਿੱਤਣ ਹਾਰਨ ਦੀ ਗੱਲ ਬਾਅਦ 'ਚ ਹੈ, ਬੰਦੇ ਐਕਟਿਵ ਹੋਣਗੇ ਅਤੇ ਉਹ ਜਿਹੜਾ ਐਕਟਿਵ ਹੈਗਾ ਨਾ ਇਹਨਾਂ ਦਾ ਸਪੋਰਟ ਬੇਸ, ਉਹ ਠੰਡਾ ਪੈ ਜੂਗਾ। ਸੋ ਪਾਰਟੀਆਂ ਦੀ ਜਿਹੜੀ ਵੱਡੀ ਸਟ੍ਰੈਟਜੀ ਹੁੰਦੀ ਹੈ ਆਪਣੇ ਸਪੋਰਟ ਬੇਸ ਨੂੰ ਇੰਟੈਕਟ ਰੱਖਣਾ, ਜ਼ਿੰਦਾ ਰੱਖਣਾ। ਉਹ ਜ਼ਿੰਦਾ ਰੱਖਣ ਲਈ ਅਲੱਗ ਚੋਣ ਲੜਨੀ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੀ ਪੰਜਾਬ ਵਿੱਚ ਮਜਬੂਰੀ ਹੈ। ਬਿਲਕੁਲ, ਪੰਜਾਬੀ 'ਚ ਤਾਂ ਉਹਨਾਂ ਨਾਲੋਂ ਹਰਾਉਣ 'ਤੇ ਬਹੁਤ ਜ਼ੋਰ ਦਿੰਦੇ, ਇਸੇ ਕਰਕੇ ਜਿਹੜੀ ਸਹਿਮਤੀਆਂ ਸ਼ਾਇਦ ਨਾ ਬਣੀਆਂ। ਬਹੁਤ ਸ਼ੁਕਰੀਆ ਪ੍ਰੋਫੈਸਰ ਸਾਹਿਬ, ਬੜਾ ਤਫਸੀਲ ਨਾਲ 2 ਸੀਟਾਂ 'ਤੇ ਪੂਰੇ ਪੰਜਾਬ ਦੇ ਪੋਲੀਟੀਕਲ ਸਟਰਕਚਰ 'ਤੇ ਅਸੀਂ ਝਾਤ ਮਾਰਨ ਦੀ ਕੋਸ਼ਿਸ਼ ਕੀਤੀ।